ਚੰਡੀਗੜ੍ਹ ਦੇ ਸੈਕਟਰ 34 ਚ ਕਿਸਾਨਾਂ ਨੇ ਮੋਰਚਾ ਲਾ ਦਿੱਤਾ। ਕਿਸਾਨ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ। ਤਸਵੀਰ ਤੁਹਾਡੇ ਸਾਹਮਣੇ ਹੈ ਕਿ ਕਿਸਾਨ ਜਥੇਬੰਦੀ ਉਗਰਾਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਔਰ ਉਹਨਾਂ ਦੇ ਨਾਲ ਬਾਕੀ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਥੇ ਲਗਾਤਾਰ ਪਹੁੰਚ ਰਹੀਆਂ ਨੇ। ਅੱਜ ਪਹਿਲਾ ਦਿਨ, ਅੱਜ ਸਵੇਰ ਤੋਂ ਕਿਸਾਨ ਜਿਹੜੇ ਨੇ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਤਸਵੀਰ ਤੁਹਾਡੇ ਸਾਹਮਣੇ, ਹਾਲਾਂਕਿ ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਕਿਸਾਨਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ, ਪਰ ਅੱਜ ਕਿਉਂਕਿ ਪਹਿਲਾ ਦਿਨ ਹੈ ਕਿਸਾਨ ਅੱਜ ਪਹੁੰਚਣੇ ਸ਼ੁਰੂ ਹੋਏ ਨੇ। ਕੱਲ ਨੂੰ ਵੱਡੀ ਗਿਣਤੀ ਕਿਸਾਨਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ। ਪਹਿਲਾਂ ਪ੍ਰਸ਼ਾਸਨ ਦੇ ਨਾਲ ਚੰਡੀਗੜ੍ਹ ਦੇ ਵਿੱਚ ਧਰਨਾ ਦੇਣ ਨੂੰ ਲੈ ਕੇ ਜੋ ਗੱਲਬਾਤ ਚੱਲੀ ਤਾਂ ਸੈਕਟਰ 25 ਦੇ ਵਿੱਚ ਇਜਾਜ਼ਤ ਦਿੱਤੀ ਗਈ, ਪਰ ਕਿਸਾਨਾਂ ਦੇ ਇਨਕਾਰ ਕਰਨ ਤੋਂ ਬਾਅਦ ਆਖਿਰ ਸੈਕਟਰ 34 ਜਿਹੜਾ ਚੰਡੀਗੜ੍ਹ ਦੇ ਬਿਲਕੁਲ ਵਿਚਾਲੇ ਕਹਿ ਸਕਦੇ ਹਾਂ, ਸੈਕਟਰ 34 ਦੇ ਵਿੱਚ ਧਰਨੇ ਦੇ ਲਈ ਕਿਸਾਨਾਂ ਨੂੰ ਜਗ੍ਹਾ ਦੇ ਦਿੱਤੀ ਗਈ ਹੈ। ਇੱਕ ਵੱਡਾ ਗਰਾਊਂਡ ਆ ਜਿਹੜਾ ਇੱਥੇ ਜਿੱਥੇ ਜਗ੍ਹਾ ਦਿੱਤੀ ਗਈ ਔਰ ਵੱਡੀ ਗਿਣਤੀ ਕਿਸਾਨਾਂ ਦੇ ਇੱਥੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਰਕਾਰ ਦੇ ਖਿਲਾਫ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਹਾਲਾਂਕਿ ਇਹ ਧਰਨਾ, ਇਹ ਪ੍ਰਦਰਸ਼ਨ ਵੱਖਰੇ ਤੌਰ ਤੇ, ਇੱਕ ਪਾਸੇ ਸ਼ੰਭੂ ਅਤੇ ਖਨੌਰੀ ਦੇ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ, ਉਹ ਵੱਖਰੀਆਂ ਜਥੇਬੰਦੀਆਂ ਦਾ, ਪਰ ਇੱਥੇ ਉਗਰਾਹਾਂ ਗਰੁੱਪ ਦਾ ਧਰਨਾ ਚੰਡੀਗੜ੍ਹ ਦੇ ਵਿੱਚ ਆਣ ਪਹੁੰਚਿਆ। ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਉਗਰਾਹਾਂ ਗਰੁੱਪ ਨੇ ਆਪਣਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ 5 ਦਿਨ ਦਾ ਦਾਅਵਾ ਕੀਤਾ ਜਾ ਰਿਹਾ, ਪਰ ਕੀ 5 ਦਿਨ ਬਾਅਦ ਇਹ ਧਰਨਾ ਇੱਥੋਂ ਖਤਮ ਹੋਵੇਗਾ ਜਾਂ ਫਿਰ ਅਣਮਿੱਥੇ ਸਮੇਂ ਲਈ ਧਰਨਾ ਦੇਣ ਦੀ ਤਿਆਰੀ ਤਾਂ ਨਹੀਂ, ਫਿਲਹਾਲ ਕਈ ਸਵਾਲ ਬਰਕਰਾਰ ਨੇ। ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ। ਚੰਡੀਗੜ੍ਹ ਦੇ ਸੈਕਟਰ 34 ਚ ਕਿਸਾਨਾਂ ਨੇ ਮੋਰਚਾ ਲਾ ਦਿੱਤਾ। ਕਿਸਾਨ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ। ਤਸਵੀਰ ਤੁਹਾਡੇ ਸਾਹਮਣੇ ਹੈ ਕਿ ਕਿਸਾਨ ਜਥੇਬੰਦੀ ਉਗਰਾਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਔਰ ਉਹਨਾਂ ਦੇ ਨਾਲ ਬਾਕੀ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਥੇ ਲਗਾਤਾਰ ਪਹੁੰਚ ਰਹੀਆਂ ਨੇ। ਅੱਜ ਪਹਿਲਾ ਦਿਨ, ਅੱਜ ਸਵੇਰ ਤੋਂ ਕਿਸਾਨ ਜਿਹੜੇ ਨੇ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਤਸਵੀਰ ਤੁਹਾਡੇ ਸਾਹਮਣੇ, ਹਾਲਾਂਕਿ ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਕਿਸਾਨਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ, ਪਰ ਅੱਜ ਕਿਉਂਕਿ ਪਹਿਲਾ ਦਿਨ ਹੈ ਕਿਸਾਨ ਅੱਜ ਪਹੁੰਚਣੇ ਸ਼ੁਰੂ ਹੋਏ ਨੇ। ਕੱਲ ਨੂੰ ਵੱਡੀ ਗਿਣਤੀ ਕਿਸਾਨਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ। ਪਹਿਲਾਂ ਪ੍ਰਸ਼ਾਸਨ ਦੇ ਨਾਲ ਚੰਡੀਗੜ੍ਹ ਦੇ ਵਿੱਚ ਧਰਨਾ ਦੇਣ ਨੂੰ ਲੈ ਕੇ ਜੋ ਗੱਲਬਾਤ ਚੱਲੀ ਤਾਂ ਸੈਕਟਰ 25 ਦੇ ਵਿੱਚ ਇਜਾਜ਼ਤ ਦਿੱਤੀ ਗਈ, ਪਰ ਕਿਸਾਨਾਂ ਦੇ ਇਨਕਾਰ ਕਰਨ ਤੋਂ ਬਾਅਦ ਆਖਿਰ ਸੈਕਟਰ 34 ਜਿਹੜਾ ਚੰਡੀਗੜ੍ਹ ਦੇ ਬਿਲਕੁਲ ਵਿਚਾਲੇ ਕਹਿ ਸਕਦੇ ਹਾਂ, ਸੈਕਟਰ 34 ਦੇ ਵਿੱਚ ਧਰਨੇ ਦੇ ਲਈ ਕਿਸਾਨਾਂ ਨੂੰ ਜਗ੍ਹਾ ਦੇ ਦਿੱਤੀ ਗਈ ਹੈ। ਇੱਕ ਵੱਡਾ ਗਰਾਊਂਡ ਆ ਜਿਹੜਾ ਇੱਥੇ ਜਿੱਥੇ ਜਗ੍ਹਾ ਦਿੱਤੀ ਗਈ ਔਰ ਵੱਡੀ ਗਿਣਤੀ ਕਿਸਾਨਾਂ ਦੇ ਇੱਥੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਰਕਾਰ ਦੇ ਖਿਲਾਫ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਹਾਲਾਂਕਿ ਇਹ ਧਰਨਾ, ਇਹ ਪ੍ਰਦਰਸ਼ਨ ਵੱਖਰੇ ਤੌਰ ਤੇ, ਇੱਕ ਪਾਸੇ ਸ਼ੰਭੂ ਅਤੇ ਖਨੌਰੀ ਦੇ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ, ਉਹ ਵੱਖਰੀਆਂ ਜਥੇਬੰਦੀਆਂ ਦਾ, ਪਰ ਇੱਥੇ ਉਗਰਾਹਾਂ ਗਰੁੱਪ ਦਾ ਧਰਨਾ ਚੰਡੀਗੜ੍ਹ ਦੇ ਵਿੱਚ ਆਣ ਪਹੁੰਚਿਆ। ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਉਗਰਾਹਾਂ ਗਰੁੱਪ ਨੇ ਆਪਣਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ 5 ਦਿਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਕੀ 5 ਦਿਨ ਬਾਅਦ ਇਹ ਧਰਨਾ ਇੱਥੋਂ ਖਤਮ ਹੋਵੇਗਾ ਜਾਂ ਫਿਰ ਅਣਮਿੱਥੇ ਸਮੇਂ ਲਈ ਧਰਨਾ ਦੇਣ ਦੀ ਤਿਆਰੀ ਤਾਂ ਨਹੀਂ, ਫਿਲਹਾਲ ਕਈ ਸਵਾਲ ਬਰਕਰਾਰ ਨੇ। ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।